ਹਾਂਜੀ ਦੋਸਤੋ 13 ਸਤੰਬਰ ਤੋਂ ਤੁਹਾਡੇ ਪੇਪਰ ਸ਼ੁਰੂ ਹੋ ਰਹੇ ਨੇ ਸਤੰਬਰ ਵਾਲੇ ਠੀਕ ਹੈ ਜੀ ਤੇ 11ਵੀਂ ਵਾਲਿਆਂ ਦਾ ਪਹਿਲਾ ਪੇਪਰ ਹੈਗਾ ਵਾ ਪਰਸੋ ਨੂੰ 13 ਸਤੰਬਰ ਨੂੰ ਜਰਨਲ ਪੰਜਾਬੀ ਦਾ ਤੇ ਉਸ ਤੋਂ ਬਾਅਦ ਦੋਸਤੋ 12ਵੀਂ ਕਲਾਸ ਵਾਲਿਆਂ ਦਾ ਹੈਗਾ ਵਾ ਜਰਨਲ ਇੰਗਲਿਸ਼ ਦਾ ਤਾਂ ਦੋਸਤੋ ਦੇਖੋ ਪੇਪਰ ਲੀਕ ਹੋਣੇ ਜਾਂ ਨਹੀਂ ਹੋਣੇ ਦੋਸਤੋ ਇਹ ਕੁਝ ਨਹੀਂ ਪਤਾ ਠੀਕ ਹੈ ਜੀ ਕਈ ਜਣੇ ਕਹਿ ਰਹੇ ਨੇ ਕਿ ਦੋਸਤੋ ਪੇਪਰ ਪੱਕਾ ਹੀ ਲੀਕ ਹੋਣਗੇ ਅਸੀਂ ਤੁਹਾਨੂੰ ਦੱਸ ਦਾਂਗੇ ਠੀਕ ਹੈ ਜੀ ਤਾਂ ਦੋਸਤੋ ਦੇਖੋ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਵੀ ਸਕਦੇ ਹੋ ਨਹੀਂ ਵੀ ਆ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਠੀਕ ਹੈ ਜੀ ਬਟ ਦੋਸਤੋ ਮੈਂ ਤੁਹਾਨੂੰ ਇਹ ਕਹਾਂਗਾ ਕਿ ਦੋਸਤੋ ਤੁਸੀਂ ਪੇਪਰ ਲੀਕ ਹੋਣਗੇ ਜਾਂ ਨਹੀਂ ਹੋਣਗੇ ਇਹਨੂੰ ਛੱਡ ਕੇ ਤੁਸੀਂ ਆਪਣੀ ਤਿਆਰੀ ਕਰੋ ਠੀਕ ਹੈ ਕਿਉਂਕਿ ਦੋਸਤੋ ਦੇਖੋ ਅਗਰ ਲੀਕ ਹੋ ਗਏ ਚਲੋ ਠੀਕ ਹੈ ਠੀਕ ਹੈ ਜੀ ਅਗਰ ਲੀਕ ਨਹੀਂ ਹੋਏ ਫਿਰ ਕੀ ਕਰੋਗੇ ਤੁਸੀਂ ਇੱਥੇ ਆਸਰੇ ਬੈਠਿਓ ਕਿ ਸਾਨੂੰ ਕੁਐਸਚਨ ਪੇਪਰ ਆ ਜਾਊਗਾ ਠੀਕ ਹੈ ਜੀ ਜਿਹੜਾ ਰੀਅਲ ਵਾਲਾ ਲੀਕ ਹੋ ਕੇ ਅਸੀਂ ਉਹੀ ਯਾਦ ਕਰ ਲਾਂਗੇ ਨਹੀਂ ਦੋਸਤੋ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਠੀਕ ਹੈ ਜੀ ਅਗਰ ਲੀਕ ਹੁੰਦੇ ਆ ਦੋਸਤੋ ਤੁਹਾਨੂੰ ਅਸੀਂ ਆਪਣੇ ਟੈਲੀਗ੍ਰam ਚੈਨਲ ਤੇ ਵੀ ਜਾਣਕਾਰੀ ਦੇ ਦਾਂਗੇ ਠੀਕ ਹੈ ਜੀ ਬਟ ਦੋਸਤੋ ਮੈਂ ਗ ਕਿਉਂਕਿ ਦੋਸਤੋ ਇਹ ਮੇਰੇ ਹੱਥ ਦੇ ਵਿੱਚ ਨਹੀਂ ਹੈਗਾ ਅਗਰ ਆਗੋ ਆਂਦੇ ਆ ਸਾਡੇ ਕੋਲ ਲੀਕ ਹੋ ਕੇ ਪਹੁੰਚਦੇ ਆ ਤਾਂ ਅਸੀਂ ਤੁਹਾਨੂੰ ਇਨਫੋਰਮੇਸ਼ਨ ਦੇ ਦਾਂਗੇ ਠੀਕ ਹੈ ਜੀ ਇਸੇ ਟੈਲੀਗ੍ਰam ਚੈਨਲ ਤੇ ਵੱਤ ਤੋਂ ਵੱਤ ਜੁਆਇਨ ਕਰ ਲਓ ਠੀਕ ਹੈ ਜੀ ਮੈਮੋਰੀਅਲ ਜਨਰੇਸ਼ਨ ਪੀਐਸਬੀ ਨੇਮ ਟੈਲੀਗ੍ਰam ਤੇ ਤੇ ਦੋਸਤੋ ਉਸ ਤੋਂ ਪਹਿਲਾਂ ਤੁਸੀਂ ਆਪਣੀ ਤਿਆਰੀ ਕਰ ਲਓ ਠੀਕ ਹੈ ਜੀ ਲੀਕ ਹੋਣਾ ਜਾਂ ਨਾ ਹੋਣਾ ਇਹ ਤਾਂ ਦੂਰ ਦੀ ਗੱਲ ਆ ਦੋਸਤੋ ਤਿਆਰੀ ਕਰਕੇ ਰੱਖੋਗੇ ਤਾਂ ਕੁਝ ਨਾ ਕੁਝ ਤਾਂ ਤੁਸੀਂ ਕਰ ਲਓਗੇ ਬਾਕੀ ਦੋਸਤੋ ਐਡੀ ਕੋਈ ਗੱਲ ਨਹੀਂ ਕੀ ਐਮਸੀਕਿਊ ਨੇ ਠੀਕ ਹੈ ਜੀ ਉਹ ਤਾਂ ਦੋਸਤੋ ਤੁਹਾਡੇ ਕਲਾਸ ਦੇ ਵਿੱਚ ਹੋਣੇ ਨੇ ਠ ਹੋਈ ਜਾਣਿਆ ਐਡੀ ਕੋਈ ਗੱਲ ਨਹੀਂ ਕੀ ਐਮਸੀਕਿਊ ਆ ਦੋਸਤੋ 40 35 ਐਮਸੀਕਿਊ ਆਣਿਆ ਠੀਕ ਹੈ ਤਾਂ ਦੋਸਤੋ 11ਵੀਂ ਵਾਲਿਆਂ ਦਾ ਪੰਜਾਬੀ ਦਾ ਪੇਪਰ ਆ ਠੀਕ ਹੈ ਜੀ ਇਹ ਤੇ ਦੋਸਤੋ ਇਹ ਹੈਗਾ ਬਾ ਤੁਹਾਡੇ 11ਵੀਂ ਵਾਲਿਆਂ ਦਾ ਜਿਹੜਾ ਜਨਰਲ ਪੰਜਾਬੀ ਦਾ ਪੇਪਰ ਆ ਠੀਕ ਹੈ ਜੀ ਇਹਦੇ ਵਿੱਚ ਦੋਸਤੋ ਸਾਰੇ ਐਮਸੀਕਿਊ ਕੁਐਸਚਨ ਨੇ ਠੀਕ ਹੈ ਜੀ ਆ ਦੇਖ ਸਕਦੇ ਹੋ ਇਹ ਹੈਗਾ ਦੋਸਤੋ ਸੁਹਾਗ ਚੈਪਟਰ ਦਾ ਤੇ ਦੋਸਤੋ ਇੱਕ ਹੋਰ ਇੰਪੋਰਟੈਂਟ ਗੱਲ ਜੋ ਤੁਸੀਂ ਚੇਤੇ ਰੱਖਣੀ ਆ ਇਹ ਪੀਡੀਐਫ ਜਦੋਂ ਤੁਸੀਂ ਖੋਲੋਗੇ ਤੇ ਜਦੋਂ ਇਸ ਨੂੰ ਯਾਦ ਕਰੋਗੇ ਤਾਂ ਦੋਸਤੋ ਜਿਹੜੇ ਚੈਪਟਰ ਤੁਸੀਂ ਉਹੀ ਚੈਪਟਰ ਯਾਦ ਕਰਨੇ ਆ ਠੀਕ ਹੈ ਜੀ ਉਹੀ ਚੈਪਟਰ ਪੜਨੇ ਆ ਜੋ ਤੁਹਾਡੇ ਅਪ੍ਰੈਲ ਮਈ ਦੇ ਸਿਲੇਬਸ ਦੇ ਵਿੱਚ ਸੀਗੇ ਤੇ ਜੁਲਾਈ ਅਗਸਤ ਵਾਲੇ ਸਿਲੇਬਸ ਦੇ ਵਿੱਚ ਸੀਗੇ ਠੀਕ ਹੈ ਜੀ ਸਿਰਫ ਉਹੀ ਚੈਪਟਰ ਤੁਸੀਂ ਰੀਡ ਕਰਨੇ ਆ ਜਿਵੇਂ ਕਿ ਦੇਖ ਲਓ ਸਵਾਗਤ ਤੁਹਾਡਾ ਹੈਗਾ ਚੈਪਟਰ ਦੇ ਵਿੱਚ ਅਪ੍ਰੈਲ ਮਈ ਤੇ ਜੁਲਾਈ ਅਗਸਤ ਦੇ ਸਿਲੇਬਸ ਦੇ ਵਿੱਚ ਹੈਗਾ ਤਾਂ ਹੀ ਕਰਿਓ ਠੀਕ ਹੈ ਜੀ ਤੇ ਜਿਉਂ ਚੈਪਟਰ ਤੁਹਾਡਾ ਨਹੀਂ ਹੈਗਾ ਠੀਕ ਹੈ ਜੀ ਅਪ੍ਰੈਲ ਮਈ ਜੁਲਾਈ ਅਗਸਤ ਦੇ ਵਿੱਚ ਉਹ ਨਾ ਕਰਿਓ ਕਿਉਂਕਿ ਦੋਸਤੋ ਸਿਰਫ ਸਿਲੇਬਸ ਤੁਹਾਡਾ ਸਤੰਬਰ ਦੇ ਪੇਪਰ ਲਈ ਜੁਲਾਈ ਅਗਸਤ ਵਾਲਾ ਹੀ ਆਏਗਾ ਤੇ ਅਪ੍ਰੈਲ ਮਈ ਵਾਲਾ ਠੀਕ ਹੈ ਜੀ ਆ ਇਸੇ ਤਰ੍ਹਾਂ ਦੋਸ ਤੇ ਜਦੋਂ ਤੁਸੀਂ ਹੇਠ ਆਉਂਗੇ ਦੋਸਤੋ ਇਹਨਾਂ ਦੇ ਆਨਸਰ ਆ ਰਹੇ ਠੀਕ ਹੈ ਜੀ ਉੱਤਰ ਸਾਰੇ ਪਹਿਲਾਂ ਆਪਣੇ ਦੇਖ ਲਿਓ ਪੜ੍ਹ ਲਿਓ ਉੱਪਰ ਫਿਰ ਇੱਥੇ ਦੋਸਤੋ ਇਹਨਾਂ ਦੇ ਆਨਸਰ ਵੀ ਹੈ ਠੀਕ ਹੈ ਜੀ ਆਪਣੇ ਹਿਸਾਬ ਨਾਲ ਪਹਿਲਾਂ ਅੰਦਾਜ਼ਾ ਲਗਾ ਕੇ ਉੱਪਰ ਕਰਿਓ ਕਿ ਹਾਂ ਵੀ ਇਹਦਾ ਆਨਸਰ ਇਹ ਹੋ ਸਕਦਾ ਫਿਰ ਆਪਣੇ ਸੈਟੀਸਫੈਕਸ਼ਨ ਲਈ ਦੋਸਤੋ ਥੱਲੇ ਆ ਕੇ ਤੁਸੀਂ ਆਪਣਾ ਦੇਣ ਦੇ ਉੱਤਰ ਵੀ ਦੇਖ ਸਕਦੇ ਹੋ ਠੀਕ ਹੈ ਜੀ ਇਹ ਜਦੋਂ ਹੋ ਜਾਣਗੇ ਉਸ ਤੋਂ ਬਾਅਦ ਦੋਸਤੋ ਘੋੜੀਆਂ ਚੈਪਟਰ ਠੀਕ ਹੈ ਜੀ ਆ ਵੀ ਦੇਖ ਲਿਓ ਆਪਣੇ ਸਿਲੇਬਸ ਦੇ ਵਿੱਚ ਇਸੇ ਤਰ੍ਹਾਂ ਦੋਸਤੋ ਤੁਹਾਡੇ ਸਾਰੇ ਚੈਪਟਰ ਲੈ ਕੇ ਆਉਣਗੇ ਇਹਦੇ ਵਿੱਚ ਜਿਹੜੇ ਜਿਹੜੇ ਤੁਹਾਡੇ ਸਿਲੇਬ ਤਾਂ ਆ ਤਾਂ ਹੋ ਗਏ ਦੋਸਤੋ 11ਵੀਂ ਦਾ ਤੇ ਦੋਸਤੋ 12ਵੀਂ ਦਾ ਹੈਗਾ ਜਨਰਲ ਇੰਗਲਿਸ਼ ਦਾ ਆ ਦੋਸਤੋ ਜਰਨਲ 400 400 400 ਜੀ ਹਾਂਜੀ ਹੁਣ ਯਾਦ ਕਰ ਲੋ ਇਹ WhatsApp ਨੰਬਰ ਫਿਰ ਚਾਹੇ ਤੁਹਾਡਾ ਸਵਾਲ ਹੋਵੇ ਮੈਥ ਦਾ ਫਿਜ਼ਿਕਸ ਦਾ ਕੈਮਿਸਟਰੀ ਦਾ ਬਾਇਓਲੋਜੀ ਦਾ ਹੁਣ ਤੁਹਾਡੇ ਸਾਰੇ ਡਾਊਟ ਕੁਐਸਚਨ ਦਾ ਸੋਲੂਸ਼ਨ ਮਿਲੇਗਾ ਸਿੱਧਾ WhatsApp ਤੇ ਬਸ ਤੁਸੀਂ ਆਪਣੇ ਫੋਨ ਦੇ ਵਿੱਚ ਡਾਊਟ ਨਟ ਦਾ 8 400 400 400 WhatsApp ਨੰਬਰ ਸੇਵ ਕਰਨਾ ਹੈ ਤੇ ਚੈਟ ਓਪਨ ਕਰਨੀ ਹੈ ਤੇ ਜਿਹੜਾ ਵੀ ਤੁਹਾਡਾ ਡਾਊਟ ਹੈ ਉਸ ਦਾ ਫੋਟੋ ਕਲਿੱਕ ਕਰਨਾ ਹੈ ਤੇ ਉਸ ਨੂੰ ਕ੍ਰੋਪ ਕਰਨਾ ਹੈ ਤੇ ਤੁਰੰਤ ਤੁਹਾਡਾ 5 ਸੈਕਿੰਡ ਦੇ ਅੰਦਰ ਵੀਡੀਓ ਸੋਲੂਸ਼ਨ ਆ ਜਾਏ ক্লাস 6ਵੀਂ ਤੋਂ 12ਵੀਂ IIT JEE NEET CBSE ਬੋਰਡ ਜਾਂ ਫਿਰ ਕਿਸੇ ਵੀ ਸਟੈਂਡ हजे जाओ अठ चार सौ चार सौ चार सौ ते, ते अपना सवाल वट्सअप करो ते सारे डाउट्स नू आउट इसका लिंक डिस्क्रिप्शन बॉक्स के इंग्लिश का भी साह देख सोस्तो हसन अटेंडेंस प्रॉब्लम सैक्शन ए आह चैप्टर ने ठीक है जी आह चैप्टर अपना देख लियो दोस्तों की तुडे तो सिलेबस है कि नहीं ठीक है जी अप्रैल मई जुलाई अगस्त के सिलेबस के ठीक है जी अगर नहीं है तो छदे चैप्टर हो गए ठीक है जी ਇਸ ਤਰ੍ਹਾਂ ਦੋਸਤੋ 10 ਮਾਰਚ ਕਿੰਗ ਆ ਵੀ ਦੇਖ ਲਿਓ ਸਿਲੇਬਸ ਦੇ ਵਿੱਚ ਹੈਗਾ ਕਿ ਨਹੀਂ ਬਸ ਆਲੋਵਰ ਦੋਸਤੋ ਗੱਲ ਇਹ ਆ ਕਿ ਤੁਸੀਂ ਉਹੀ ਚੀਜ਼ ਪੜ੍ਹਿਓ ਇਹਦੇ ਵਿੱਚ ਜਿਹੜੀ ਪੀਡੀਐਫ ਨੇ ਜੋ ਤੁਹਾਡੇ ਸਿਲੇਬਸ ਦੇ ਵਿੱਚ ਹੈ ਜੋ ਨਹੀਂ ਹੈ ਉਹਨੂੰ ਛੱਡ ਦਿਓ ਠੀਕ ਹੈ ਜੀ ਆ ਤੁਹਾਡਾ ਹੋ ਗਿਆ ਇਹ ਹੋ ਗਿਆ ਦੋਸਤੋ ਉਸ ਤੋਂ ਬਾਅਦ ਦੋਸਤੋ ਇਹ ਸੈਕਸ਼ਨ B ਦਾ ਵਾ ਠੀਕ ਹੈ ਜੀ ਇਹਦੇ ਵਿੱਚ ਵੀ ਤੁਹਾਡੇ ਪੋਇਮ ਵਗੈਰਾ ਨੇ ਠੀਕ ਹੈ ਜੀ ਆਹ ਦੇਖ ਲਿਓ ਠੀਕ ਹੈ ਇਹਨਾਂ ਵਿੱਚੋਂ ਆ ਸਕਦੇ ਨੇ ਦੋਸਤੋ ਇੰਪੋਰਟੈਂਟ ਇੰਪੋਰਟੈਂਟ ਨੇ ਕੁਝ ਇਹ ਠੀਕ ਹੈ ਤਾਂ ਦੋਸਤੋ ਇਹਨਾਂ ਨੂੰ ਵਧੀਆ ਨਾਲ ਰੀਡ ਕਰ ਲਿਓ ਇਹਦੇ ਵਿੱਚ ਵੀ ਉਹੀ ਚੈਪਟਰ ਜਾਂ ਪੋਇਮ ਅਪ੍ਰੈਲ ਮਈ ਤੇ ਜੁਲਾਈ ਅਗਸਤ ਵਾਲੇ ਦੇ ਵਿੱਚ ਠੀਕ ਹੈ ਜੀ ਆ ਦੇਖ ਸਕਦੇ ਹੋ ਦੋਸਤੋ ਤੁਸੀਂ ਠੀਕ ਹੈ ਇਹਦੇ ਵਿੱਚ ਵੀ ਦੋਸਤੋ ਜਿਵੇਂ ਕਿ ਆ ਕਮੀਲੀਅਨ ਠੀਕ ਹੈ ਆਪਣਾ ਦੂਸਰਾ ਉੱਪਰ ਦਾ ਸਕੂਲ ਫੋਰ ਸਿੰਪਥੀ ਚੈਪਟਰ ਮਿਲਾ ਲਿਓ ਕਿ ਸਾਡੇ ਇਹ ਚੈਪਟਰ ਦੇ ਵਿੱਚ ਆਪਣਾ ਸਿਲੇਬਸ ਦੇ ਵਿੱਚ ਹੈ ਤਾਂ ਹੀ ਇਹਨੂੰ ਪੜਿਓ ਠੀਕ ਹੈ ਮੈਂ ਓਕੇ ਦੋਸਤੋ ਇਸ ਤੋਂ ਬਾਅਦ ਦੋਸਤੋ ਇਹਨਾਂ ਦੇ ਆਨਸਰ ਵੀ ਦਿੱਤੇ ਹੋਏ ਨੇ ਇੱਥੇ ਠੀਕ ਹੈ ਤਾਂ ਦੋਸਤੋ ਇਹ ਤਾਂ ਹੋ ਗਿਆ ਜਨਰਲ ਇੰਗਲਿਸ਼ ਦਾ 12ਵੀਂ ਵਾਲਿਆਂ ਦਾ ਤੇ 11ਵੀਂ ਦਾ ਤੇ ਹੋਰ ਵੀ ਜਿਹੜੀਆਂ ਕਲਾਸਾਂ ਦੇ ਸਾਡੇ ਕੋਲ ਆਣਗੇ ਠੀਕ ਹੈ ਜੀ ਅਸੀਂ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਰਵਾਂਗੇ ਬਾਕੀ ਦੋਸਤੋ ਜਨਰਲ ਇੰਗਲਿਸ਼ ਦਾ ਜਿਹੜਾ ਮਾਡਲ ਟੈਸਟ ਪੇਪਰ ਆ ਠੀਕ ਹੈ ਜੀ ਉਹ ਤਾਂ ਸਾਡੇ ਕੋਲ ਆ ਗਿਆ ਸੀਗਾ ਇੱਥੇ ਠੀਕ ਹੈ ਜੀ ਇਸ ਤਰ੍ਹਾਂ ਦਾ ਦੋਸਤੋ ਤੁਹਾਨੂੰ ਜਨਰਲ ਇੰਗਲਿਸ਼ ਦਾ ਪੇਪਰ ਆਉਣਾ ਵਾ 12ਵੀਂ ਵਾਲਿਆਂ ਦਾ ਮੈਕਸਿਮਮ ਮਾਰਕਸ ਦੋਸਤੋ 40 ਦਾ ਵਾ ਤੇ ਆਹ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਆਊਗਾ ਠੀਕ ਹੈ ਜੀ ਆਹ ਸੈਂਪਲ ਪੇਪਰ ਆ ਦੋਸਤੋ ਠੀਕ ਹੈ ਤਾਂ ਇਹਦੇ ਵਿੱਚ ਦੋਸਤੋ ਗ੍ਰਾਮਰ ਵੀ ਆ ਸੈਕਸ਼ਨ A ਵੀ ਆ ਸੈਕਸ਼ਨ B ਵੀ ਆ ਸੈਕਸ਼ਨ C ਵੀ ਠੀਕ ਹੈ ਦੋਸਤੋ ਤੇ ਵਧੀਆ ਨਾਲ ਇਸ ਤਰ੍ਹਾਂ ਦਾ ਦੋਸਤੋ ਸੇਮ ਸੈਂਪਲ ਪੇਪਰ ਆਉਣਾ ਵਾ ਬਾਕੀ ਦੋਸਤੋ ਜਿੱਥੇ ਗੱਲ 11ਵੀਂ ਵਾਲਿਆਂ ਦਾ ਜਿਹੜਾ ਜਨਰਲ ਪੰਜਾਬੀ ਦਾ ਸੈਂਪਲ ਪੇਪਰ ਆ ਉਹ ਹਜੇ ਸਾਡੇ ਕੋਲ ਨਹੀਂ ਪਹੁੰਚਿਆ ਜਿਵੇਂ ਸਾਡੇ ਕੋਲ ਪਹੁੰਚੇਗਾ ਬਾਕੀ ਤੁਸੀਂ ਇਹ ਸਾਰੀ ਪੀਡੀਐਫ ਫਾਈਲ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਤੇ ਮਿਲ ਜਾਈਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣਾ ਟੈਲੀਗ੍ਰam ਚੈਨਲ ਜੁਆਇਨ ਕਰ ਲਓ ਸਾਰੀ ਇਹ ਪੀਡੀਐਫ ਦੀ ਫਾਈਲ ਇੱਥੇ ਦਿੱਤੀ ਹੋਈ ਆ ਤੁਸੀਂ ਇੱਥੋਂ ਈਜ਼ੀਲੀ ਡਾਊਨਲੋਡ ਕਰਕੇ ਦੇਖ ਸਕਦੇ ਹੋ ਠੀਕ ਹੈ 11ਵੀਂ ਵਾਲੇ 12ਵੀਂ ਵਾਲੇ ठीक है जेड़ा भी कुछ दोस्तों आऊंगा इसी इथे अपलोड करेंगे मेमोरियल जनरेशन पीएसबी टेलीग्राम पे जाके ज्वाइन कर लो अपना ही चैनल है दोस्तों बाकी पेपर लीक होंगे या नहीं होंगे एदी टेंशन छड़के दोस्तों पढ़ लो जे लीक होंगे ता इथे दस दंगे सिंपली ठीक है जी ओके दोस्तों चलो ठीक है जी बस आही अपडेट देनी सीगी तोह्ड़ो 10वीं 12वीं नु बाकी और जेड़ियां भी क्लासेस रहगी हां ओना दे लिए वैसे दोस्तों वीडियोस बना दंगे इंपॉर्टेंट क्वेश्चन आदि ओके दोस्तों चलो ठीक है चंगा शशरेका